ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਸਾਡੇ ਚੈਨਲ ਫਾਰਮਰ ਕਲਾਸ ਤੇ। ਧੰਨਵਾਦ ਜੀ ਤੁਹਾਡਾ ਆਉਣ ਦਾ, ਬਹੁਤ ਬਹੁਤ। ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸ ਦਿਓ ਜੀ। ਮੇਰਾ ਨਾਮ ਹੈ ਪ੍ਰਗਟ ਸਿੰਘ। ਅੱਛਾ ਜੀ, ਆਪਣਾ ਪਿੰਡ ਕਿਹੜਾ ਜੀ? ਪਿੰਡ ਬਹਿਗੁਰੂਪੁਰਾ ਕੋਠੀ। ਅੱਛਾ ਜੀ, ਜ਼ਿਲ੍ਹਾ ਕਿਹੜਾ ਪੈਂਦਾ ਜੀ ਆਪਾਂ ਨੂੰ? ਜ਼ਿਲ੍ਹਾ ਬਰਨਾਲਾ। ਅੱਛਾ ਜੀ, ਜ਼ਿਲ੍ਹਾ ਬਰਨਾਲਾ ਪੈਂਦਾ। ਅਤੇ ਕਿਹੜੇ ਰੋਡ 'ਤੇ ਆ ਜੀ ਆਪਣਾ ਪਿੰਡ? ਭੀਖੀ ਬੁਲਾਡਾ। ਭੀਖੀ ਬੁਲਾਡਾ ਰੋਡ ਸੂਏ ਦੇ ਉੱਤੇ ਕੋਠੇ ਨੇ ਬਹਿਗੁਰੂਪੁਰਾ। ਅੱਛਾ ਅੱਛਾ, ਠੀਕ ਹੈ। ਜਿਹੜੇ ਕੋਟਦੋਨੇ ਤੋਂ ਮੁੜਦੇ ਆਪਾਂ? ਹਾਂਜੀ ਹਾਂਜੀ। ਅੱਛਾ ਅੱਛਾ, ਠੀਕ ਹੈ ਠੀਕ ਹੈ। ਕੋਟਦੋਨੇ ਤੋਂ 2-3 ਕਿਲੋਮੀਟਰ ਦੂਰੀ 'ਤੇ ਨੇ ਦਰਸ਼ਕੋ ਇਹਨਾਂ ਦਾ ਪਿੰਡ, ਨਾਲ ਬੰਧੇਰ ਵੀ ਲੱਗਦਾ। ਅੱਛਾ ਅੱਛਾ, 2 ਕਿਲੋਮੀਟਰ। ਅਤੇ ਸਾਬਕਾ ਸਰਪੰਚ ਰਹੇ ਨੇ ਬਹਾਦਰ ਸਿੰਘ ਜੀ, ਇਹਨਾਂ ਦੇ ਵੱਡੇ ਭਰਾ ਅਤੇ ਇਹਨਾਂ ਦੇ ਛੋਟੇ ਭਰਾ ਨੇ, ਇਹ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਨੇ। ਆਓ ਜੀ, ਤੁਹਾਨੂੰ ਮੱਝ ਦਿਖਾਉਂਦੇ ਹਾਂ। ਝੋਟੀ ਵੀ ਹੈ ਮੱਝ ਦਾ, ਕਿਉਂ? ਅੱਛਾ ਜੀ, ਇਹ ਆਪਣੇ ਕਿਹੜੇ ਸੂਏ ਹੁਣ ਸੁਣੀ ਹੈ ਜੀ? ਇਹ ਦੂਜੇ ਸੂਏ। ਦੂਜੇ ਸੂਏ ਬੱਚਾ ਦੇਣਾ ਹੁਣ? ਹਾਂਜੀ। ਅੱਛਾ ਜੀ, ਅਤੇ ਇਹਦੀ ਮਾਂ ਬਾਰੇ ਕੁਛ ਪਤਾ ਕਿ ਤੁਸੀਂ ਖਰੀਦ ਕੇ ਲਿਆਂਦੀ ਸੀ ਝੋਟੀ? ਇਹ ਖਰੀਦ ਆਪਣੀ ਘਰ ਦੀ ਹੈ ਜੀ। ਇਹ ਘਰ ਦੀ ਹੈ? ਖਲੀ ਦੀ ਬੱਚੀ ਹੈ। ਖਲੀ ਦੀ ਬੱਚੀ ਹੈ। ਅੱਛਾ ਅੱਛਾ, ਤੁਸੀਂ ਆਪ ਟੀਕਾ ਲੈ ਕੇ ਆਏ ਸੀ ਕਿਸੇ ਡਾਕਟਰ ਤੋਂ ਖਲੀ ਦਾ? ਆਪ ਲੈ ਕੇ ਜੀ, ਆਪ ਗੱਡੀ ਦੇ ਗਏ ਸੀ। ਅੱਛਾ, 2017 ਚ। ਅੱਛਾ ਅੱਛਾ, ਦੀਵਾਲੀ ਤੋਂ ਦੂਏ ਦਿਨ। ਅੱਛਾ ਅੱਛਾ, 2017, ਠੀਕ ਹੈ ਜੀ। ਅਤੇ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਪਤਾ ਕੁਛ? ਤੁਸੀਂ ਤੋਲਿਆ ਸੀ ਉਹਦਾ ਦੁੱਧ ਇਹਦੀ ਮਾਂ ਦਾ? ਇਹਦੀ ਮਾਂ ਦਾ 18 ਲੀਟਰ। ਅੱਛਾ ਅੱਛਾ, 18 ਲੀਟਰ, ਠੀਕ ਹੈ। ਉਹ ਵੈਸੇ ਆਪਾਂ ਨੇ ਸੇਲ ਕਰਤੀ। ਅੱਛਾ, ਸੇਲ ਕਰ, ਚਲੋ ਵਧੀਆ ਜੀ। ਅੱਛਾ, ਤੁਸੀਂ ਇਹ ਫਿਰ ਝੋਟੀ ਰੱਖ ਲਈ ਉਹਦੀ? ਇਹ ਝੋਟੀ ਰੱਖ ਲਈ ਸੀ ਨਿਸ਼ਾਨੀ। ਅੱਛਾ ਅੱਛਾ, ਠੀਕ ਹੈ ਠੀਕ ਹੈ। ਅਤੇ ਇਹ ਝੋਟੀ ਨੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਜੀ? ਇਹ ਪਹਿਲੇ ਸੂਏ ਜੀ 11.5 ਲੀਟਰ। 11.5 ਲੀਟਰ, ਠੀਕ ਹੈ ਠੀਕ ਹੈ। ਅਤੇ ਹੁਣ ਕਿੰਨੀ ਕੁ ਉਮੀਦ ਕਰਦੇ ਹੋ ਜੀ ਤੁਸੀਂ ਇਹਦੀ, ਕਿੰਨਾ ਕੁ ਦੁੱਧ ਕੱਢ ਸਕਦੀ ਹੈ? ਹੁਣ ਉਮੀਦ ਤਾਂ ਪਰਮਾਤਮਾ ਦੀ ਦੇਣ ਹੈ, ਤਾਂ ਜਦੋਂ ਸਹੀ ਸਲਾਮਤ ਸੂਬੀ ਤਾਂ ਆਪਾਂ ਮੰਗਦੇ ਹਾਂ ਵੀ। ਹਾਂਜੀ, ਉਹ ਤਾਂ ਫਿਰ ਸੇਵਾ ਦੇ ਹਿਸਾਬ ਨਾਲ ਹੈ ਨਾ, ਵਧੀਆ। ਵੈਸੇ ਤਾਂ ਤੀਜੇ ਸੂਏ ਮੱਝ ਘੁਲਦੀ ਹੁੰਦੇ ਆ, ਹੁਣ ਆਪਾਂ ਕਿਹੜੇ 15-16 ਦੇ ਲਗਭਗ, 16 ਪਲੱਸ ਤਾਂ ਹੋਵੇ। ਹਾਂ, ਆ ਜਾਓ, ਆਪਾਂ ਤੁਹਾਨੂੰ ਜੀ ਆਰਡਰ ਦੇ ਦਰਸ਼ਨ ਕਰਾਉਂਦੇ ਹਾਂ ਝੋਟੀ ਦੇ। ਆਹ ਦੇਖੋ ਦੇਖੋ, ਝੋਟੀ ਦੇ ਥਣਾਂ 'ਚ ਬਹੁਤ ਸੋਹਣਾ ਗੈਪ ਹੈ, ਥਣ ਵੀ ਬਹੁਤ ਸੋਹਣੇ ਨੇ, ਆਰਡਰ ਵੀ ਬਹੁਤ ਟਾਈਟ ਹੈ। ਹਲੇ ਮੇਰੇ ਖਿਆਲ 'ਚ ਲੈ ਜੂਗੀ 1-2 ਦਿਨ, ਹੈ ਨਾ ਜੀ? ਹਾਂਜੀ, ਲੈ ਕੇ ਜੀ। ਥਣ ਬਹੁਤ ਸੋਹਣੇ ਨੇ, ਕੱਦ ਵੀ ਬਹੁਤ ਵੱਡਾ ਹੈਗਾ, ਬਹੁਤ ਸੋਹਣਾ ਕੱਦ ਹੈ ਝੋਟੀ ਦਾ, ਬਹੁਤ ਹੀ ਵਧੀਆ। ਮੇਰੇ ਖਿਆਲ 'ਚ 5.5 ਫੁੱਟ ਤੋਂ ਉੱਪਰ ਹੋਊ ਨਾ ਜੀ? ਉੱਪਰ ਜੀ। ਹਾਂ, ਮੈਂ 6 ਫੁੱਟ ਦਾ ਸਹੀ। ਹਾਂ, 5.5 ਫੁੱਟ ਤੋਂ ਮਾੜਾ ਮੋਟੀ ਘੱਟ ਲੱਗਦਾ। ਆਹ ਪਿੱਛੋਂ ਚੜਾਈ ਦੇਖੋ ਜੀ ਝੋਟੀ ਦੀ, ਅੱਗਿਓਂ ਕਿੰਨੀ ਪਤਲੀ ਹੈ, ਪਿੱਛੋਂ ਕਿੰਨੀ। ਹਾਂ, ਦੇਖੋ ਚੜਾਈ ਦੇਖੋ, ਬਹੁਤ ਸੋਹਣੀ ਚੜਾਈ ਹੈ ਝੋਟੀ ਦੀ। ਊਸ਼ ਵੀ ਮਾੜੀ ਜੀ, ਵਾਲ ਚਿੱਟੇ ਨੇ ਬਸ, ਕੋਈ ਜ਼ਿਆਦਾ ਚਿੱਟੀ ਨਹੀਂ ਹੈਗੀ। ਆਹ ਪੁੜਿਆ ਆ ਤੇ ਥੋੜ੍ਹੇ ਜਿਹੇ ਚਿੱਟੇ ਜਿਹੇ ਵਾਲ ਆ ਗਏ, ਹੈ ਨਾ ਜੀ? ਤੇ ਬੈਠਣ ਨਾਲ ਮੂਤ ਬੈਠਣ ਹੋ ਜਾਂਦਾ, ਪਹਿਲਾਂ ਤਾਂ ਨਹੀਂ ਸੀਗੇ, ਬੱਚੀ ਦੇ ਤਾਂ ਨਹੀਂ ਸੀ। ਹਾਂ, ਚਮੜੀ ਤਾਂ ਕਾਲੀ ਹੈ ਥੱਲਿਓ, ਚਮੜੀ ਸਹੀ ਹੈ। ਅੱਛਾ ਜੀ, ਤੇ ਆਪਣਾ ਇਹਦਾ ਜੀ ਕੋਈ ਜੇ ਆਪਾਂ ਹੁਣ ਐਵੇਂ ਝੂਠ ਮਾਰਨ ਵਾਲੇ ਹੁੰਦੇ, ਇਹਦੇ ਤੇ ਘਸਾ ਦਿੰਦੇ ਕੁਛ, ਇਹ ਕੋਈ ਚਮੜੀ ਤਾਂ ਕਾਲੀ ਹੈ ਵੈਸੇ, ਚਮੜੀ ਤਾਂ ਕਾਲੀ ਹੈ ਜੀ, ਇਹ ਵੈਸੇ ਮੂਤ ਮਾਤ 'ਚ ਬੈਠਣ ਨਾਲ ਹੋ ਜਾਂਦੇ। ਠੀਕ ਹੈ ਜੀ, ਤੇ ਮਾੜੀ ਜੀ ਤੁਸੀਂ ਚਲਾ ਕੇ ਦਿਖਾਓਗੇ ਝੋਟੀ ਨੂੰ? ਚਲਾ ਪੰਮੇ। ਅੱਛਾ, ਇਹ ਆਪਣਾ ਦੇਖਭਾਲ ਕਰਨ ਵਾਲਾ ਬੰਦਾ ਹੈ ਜੀ? ਹਾਂਜੀ, ਅਸੀਂ ਰਲ ਮਿਲ ਕੇ ਵੈਸੇ ਦਾ ਕੰਮ ਇਹੀ ਕਰਦਾ ਬੰਦਾ। ਅੱਛਾ, ਚਲ ਹੌਲੀ ਇੱਧਰ। ਥਣਾਂ 'ਚ ਗੈਪ ਬਹੁਤ ਸੋਹਣਾ ਜੀ, ਥਣ ਬਹੁਤ ਸੋਹਣੇ ਨੇ, ਦੇਖੋ ਬਹੁਤ ਬਹੁਤ ਸੋਹਣਾ, ਦੇਖੋ ਕਿੰਨਾ ਸੋਹਣਾ, ਬਹੁਤ ਸੋਹਣਾ ਗੈਪ ਹੈ, ਉਂਗਲਾਂ ਪੈਂਦੀਆਂ ਨੇ ਚਾਰੇ, ਥਣ ਥਣ ਬਹੁਤ ਸੋਹਣੇ ਨੇ। ਮਿਲਕ ਵੀਨ ਦੇਖੋ ਬਹੁਤ ਮੋਟੀ ਹੈ, ਬਹੁਤ ਹੀ ਸੋਹਣੇ ਨੇ, ਬਹੁਤ ਹੀ ਸੋਹਣਾ ਚੱਡਾ ਜੀ, ਕੱਦ ਬਹੁਤ ਵੱਡਾ, ਬਹੁਤ ਅੱਛੀ ਝੋਟੀ ਹੈ। ਬੰਨ ਦਿਓ ਜੀ, ਬੰਨ ਦਿਓ, ਬੰਨ ਦਿਓ, ਬੰਨ। ਚਲੋ ਮੱਝਾਂ ਸਾਰੀ ਵਧੀਆ ਨੇ ਤੁਹਾਡੇ ਕੋਲ, ਹੈ ਨਾ ਜੀ? ਆ ਜਾਓ ਜੀ ਪ੍ਰਗਟ ਸਿੰਘ ਜੀ। ਅੱਛਾ, ਇਹ ਝੋਟੀ ਆਪਾਂ ਸੇਲ 'ਤੇ ਲਾਈ ਹੋਈ ਹੈ? ਹਾਂਜੀ, ਜੇ ਕੋਈ ਚੰਗੇ ਰੁਪਈਏ ਵਟਾ ਗਏ ਤਾਂ ਸੇਲ ਕਰ ਦਿਆਂਗੇ। ਅੱਛਾ, ਮੁੱਲ ਮੱਲ ਕੀ ਲਾਇਆ ਜੀ ਤੁਸੀਂ? ਮੁੱਲ ਹਲੇ ਕੁਛ ਨਹੀਂ ਲਾਇਆ। ਅੱਛਾ ਜੀ, ਜਦੋਂ ਸੂਪ ਹੀ ਤਾਂ ਉਹਦੀ ਮੁੱਲ ਲਾਉਣ ਦਾ
ਬਾਅਦ ਚ ਲਾਵਾਂਗੇ। ਅੱਛਾ ਜਦੋਂ ਵੀ ਮਤਲਬ ਬੱਚਾ ਦੇਦਾ ਉਸ ਤੋਂ ਬਾਅਦ ਮੁੱਲ ਕੱਢੋਗੇ? ਹਾਂ ਜਾਂ ਵੀ ਦੋ ਕੁ ਦਿਨ ਹੋਰ ਠਹਿਰ ਕੇ। ਅੱਛਾ ਅੱਛਾ ਫਿਰ ਮੁੱਲ ਕੱਢਦੇ। ਹੁਣ ਦੋ ਦਿਨਾਂ ਤੱਕ ਤਾਂ ਮੇਰੇ ਖਿਆਲ ਚ ਬੱਚਾ ਦੇ ਹੀ ਦਿਓ, ਦਿਨ ਪੂਰੇ ਹੋ ਗਏ ਹੋਣਗੇ ਮੇਰੇ ਖਿਆਲ ਚ। ਹਾਂਜੀ ਅੱਛਾ ਅੱਛਾ ਠੀਕ ਹੈ, ਲਿਆ ਸਕਦੀ ਹੈ ਦੋ ਤਿੰਨ ਦਿਨ ਲੈ ਜੂਗੀ ਤੇ। ਅੱਛਾ ਜੀ ਹੋਰ ਵੀ ਇਹਦੇ ਚੱਡਾ ਉਮੀਦ ਹੈ ਵਧਣ ਦੀ। ਹਾਂਜੀ 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 ਪ੍ਰਗਟ ਸਿੰਘ ਜੀ ਤੁਹਾਡਾ ਫੋਨ ਨੰਬਰ ਬੋਲਿਓ ਜੀ, ਮੋਬਾਈਲ ਨੰਬਰ 8306 40 698 8306 40 698। ਇਹਨਾਂ ਦਾ ਮੋਬਾਈਲ ਨੰਬਰ ਹੈ ਜੀ, ਜੇ ਕੋਈ ਇਸ ਝੋਟੀ ਨੂੰ ਖਰੀਦਣ ਦਾ ਇੱਛਕ ਹੈ ਤਾਂ ਉਹ ਇਹਨਾਂ ਨੂੰ ਫੋਨ ਕਰਕੇ ਪੁੱਛ ਸਕਦਾ ਹੈ। ਅਤੇ ਹਾਲੇ ਰੇਟ ਕਿੰਨਾ ਜੀ ਆਪਣਾ? ਰੇਟ ਦਾ ਜੀ ਫੋਨ 'ਤੇ ਕਰ ਲਾਂਗੇ। ਅੱਛਾ ਮੋਬਾਈਲ 'ਤੇ ਕਰ ਲਉਂਗੇ? ਅੱਛਾ ਸੁਣਨ ਤੋਂ ਬਾਅਦ ਕਰੋਂਗੇ ਮਤਲਬ? ਹਾਲੇ ਕੱਚੀ ਹੈ ਝੋਟੀ। ਹਾਂਜੀ ਹਾਂਜੀ ਠੀਕ ਹੈ ਜੀ, ਚੰਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸਾਰੇ ਜਾਣੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਸਾਡਾ ਚੈਨਲ ਫਾਰਮਰ ਕਲਾਸ ਸਬਸਕ੍ਰਾਈਬ ਕਰਿਓ। ਧੰਨਵਾਦ ਜੀ ਸਾਰਿਆਂ ਦਾ।